ਦਿੱਲੀ ਦੇ ਗੁਰਦੁਆਰਾ ਸਿੰਘ ਸਭਾ ਮੰਡਾਵਲੀ ਵਿੱਚ ਇੱਕ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਗੁਰਦੁਆਰਾ ਸਾਹਿਬ ਵਿੱਚ ਨਵੇਂ ਬਣੇ ਸੁਖਾਸਨ ਸਥਾਨ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਗੁਰਦੁਆਰਾ ਸਾਹਿਬ ਦੀ ਇੱਕ ਉਸਾਰੀ ਅਧੀਨ ਇਮਾਰਤ ਦਾ ਜਾਇਜ਼ਾ ਲਿਆ। ਇਸ ਮੌਕੇ ਰਾਗੀ ਜਥਿਆਂ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਰਦਾਰ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਹੀ ਇਹ ਕਾਰਜ ਨੇਪਰੇ ਚੜਿਆ। ਕਿਸੇ ਸਿੱਖ ਦੀ ਕੋਈ ਔਕਾਤ ਨਹੀਂ ਕਿ ਉਹ ਗੁਰੂ ਘਰ ਨਾਲ ਕੋਈ ਵਾਅਦਾ ਕਰੇ, ਇਹ ਗੁਰੂ ਆਪ ਸੇਵਾ ਲੈਂਦਾ। ਇਸ ਕਰਕੇ ਮੈਂ ਵਾਅਦਿਆਂ 'ਚ ਬਿਲੀਵ ਨਹੀਂ ਕਰਦਾ, ਭਾਵਨਾ 'ਚ ਬਿਲੀਵ ਕਰਦਾ। ਜੇ ਸਿੱਖ ਦੇ ਅੰਦਰ ਭਾਵਨਾ ਹੈ ਤਾਂ ਉਹ ਜ਼ਰੂਰ ਗੁਰੂ ਘਰ ਦੇ ਵਿੱਚ ਆਪੇ ਤੋਂ ਬਾਹਰ ਹੋ ਕੇ ਸੇਵਾ ਕਰਦਾ। ਇੱਥੋਂ ਸਾਡੇ ਮੈਂਬਰ ਸਾਹਿਬ ਭੁੱਲਰ ਸਾਹਿਬ, ਉਹਨਾਂ ਨੇ ਇਸ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਕਰਾਈ ਹੈ, ਮੈਂ ਵਧਾਈ ਦੇਣਾ ਚਾਹੁੰਦਾ। ਔਰ ਇਹ ਅਸਥਾਨ ਜਿੱਥੇ ਕਿਰਤੀ ਸਿੱਖ ਰਹਿੰਦੇ ਨੇ, ਤੁਸੀਂ ਦੇਖੋ ਆਪਣੇ ਗੁਰੂ ਘਰ ਨੂੰ ਨਵੇਂ ਸਿਰਿਓਂ ਬਹੁਤ ਵਧੀਆ ਤਰੀਕੇ ਨਾਲ ਉਸਾਰ ਰਹੇ ਨੇ। ਔਰ ਗੁਰੂ ਮਹਾਰਾਜ ਮਿਹਰ ਕਰੇਗਾ, ਇਹਨਾਂ ਦੀ ਜੋ ਭਾਵਨਾ ਹੈ ਉਹ ਗੁਰੂ ਪੂਰੀ ਕਰੇਗਾ। ਔਰ ਆਉਣ ਵਾਲੇ ਸਮੇਂ 'ਚ ਦਿੱਲੀ ਗੁਰਦੁਆਰਾ ਕਮੇਟੀ ਹੋਰ ਵੀ ਸਹਿਯੋਗ ਇਹਨਾਂ ਨੂੰ ਜ਼ਰੂਰ ਅਤੇ ਜਾਏ ਬਹੇ ਮੇਰਾ ਸਤਿਗੁਰ ਸੋ ਥਾਂ ਸੁਹਾ ਹੋਵੇ। ਮਹਾਰਾਜ ਸਾਹਿਬ ਨੇ ਆਪ ਕਿਰਪਾ ਕੀਤੀ ਆ ਕਿ ਇੱਥੇ ਮਹਾਰਾਜ ਸਾਹਿਬ ਦਾ ਸੁਖਾਸਨ ਸਾਹਿਬ ਦਾ ਰੂਮ ਬਣ ਕੇ ਤਿਆਰ ਹੋਇਆ। ਔਰ ਅੱਜ ਸਾਡੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਜੀ ਨੇ ਆਪਣੇ ਸੀਸ ਦੇ ਉੱਤੇ ਗੁਰੂ ਮਹਾਰਾਜ ਸਾਹਿਬ ਜੀ ਦਾ ਸਰੂਪ ਲਿਆ ਕੇ ਸਭ ਤੋਂ ਫਸਟ ਉਹਨਾਂ ਦਾ ਉਦਘਾਟਨ ਕੀਤਾ ਹੈ। ਅਤੇ ਮੈਂ ਤਹਿ ਦਿਲੋਂ ਧੰਨਵਾਦ ਹਾਂ ਆਪਣੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਜੀ ਦਾ ਕਿ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਮੈਂ ਪੂਰੀ ਕਰ ਸਕਿਆ। ਔਰ ਇੱਥੇ ਦੀ ਮੈਂ ਸਾਰੀ ਸਾਧ ਸੰਗਤ ਜੀ ਨੂੰ ਲੱਖ ਲੱਖ ਵਧਾਈ ਦਿੰਦਾ।